ਕਾਂਗਰਸ ਪਾਰਟੀ ਨੂੰ ਛੱਡ ਕੇ 20 ਦੇ ਕਰੀਬ ਕਾਂਗਰਸੀ ਪਰਿਵਾਰ, ਸਾਬਕਾ ਕੈਬਨਿਟ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਅਤੇ ਹਲਕਾ ਇੰਚਾਰਜ ਹਰਮੋਹਨ ਸਿੰਘ ਸੰਧੂ ਦੀ ਅਗਵਾਈ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋਏ। ਵਾਰਡ ਨੰਬਰ 14 ਦੀ ਸੜਕ ਨਾ ਬਣਨ ਕਾਰਨ ਕਈ ਸਾਲਾਂ ਤੋਂ ਮੁਹੱਲਾ ਨਿਵਾਸੀ ਪਰੇਸ਼ਾਨ ਸਨ। ਹਲਕਾ ਇੰਚਾਰਜ ਹਰਮੋਹਨ ਸਿੰਘ ਸੰਧੂ ਨੇ ਦੱਸਿਆ ਕਿ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਕਾਲੀ ਦਲ ਦੇ ਕੌਂਸਲਰਾਂ ਨਾਲ ਧੱਕੇਸ਼ਾਹੀ ਕਰ ਰਹੇ ਨੇ। ਇਸ ਵਾਰਡ ਦੀਆਂ ਸੜਕਾਂ ਦਾ ਕਈ ਸਾਲ ਤੋਂ ਟੈਂਡਰ ਪਾਸ ਹੋਣ ਤੇ ਵੀ ਸੜਕਾਂ ਨਹੀਂ ਬਣਨ ਦਿੱਤੀਆਂ ਜਾ ਰਹੀਆਂ। ਉਹਨਾਂ ਦੋਸ਼ ਲਾਇਆ ਕਿ ਮੋਰਿੰਡਾ ਨਗਰ ਕੌਂਸਲ ਦੀ ਅਫਸਰਸ਼ਾਹੀ ਵੱਲੋਂ ਕੈਬਨਿਟ ਮੰਤਰੀ ਵੱਲੋਂ ਖਰੀਦੇ ਗਏ 37 ਵਿਸਵੇ ਦੇ ਪਲਾਟ ਨੂੰ ਵੀ ਨਵੀਂ ਸੜਕ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਜੋ ਕਲੋਨੀ ਅਜੇ ਤੱਕ ਪਾਸ ਨਹੀਂ ਹੋਈ। ਸ਼ਹਿਰ ਦੇ ਕਈ ਪਾਰਟਾਂ ਵਿੱਚ ਅਨੇਕਾਂ ਕੰਮ ਅਜੇ ਬਾਕੀ ਹਨ। ਅਕਾਲੀ ਦਲ ਵਿੱਚ ਸ਼ਾਮਲ ਹੋਏ ਪਰਿਵਾਰਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਣ ਤੇ ਵੀ ਸਾਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ ਤੇ ਸਾਡੀ ਸੜਕ ਨਹੀਂ ਬਣਾਈ ਜਾ ਰਹੀ। ਅੱਜ ਇੱਥੇ ਮੋਰਿੰਡਾ ਸ਼ਹਿਰ ਦੇ ਵਿੱਚ ਇਸ ਵਾਰਡ ਦੇ ਕਈ 10 ਤੋਂ 15 ਦੇ ਕਰੀਬ ਵਰਕਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ, ਜਿਸ 'ਚ ਬਜ਼ੁਰਗ ਮਾਤਾਵਾਂ, ਬਜ਼ੁਰਗ ਅਤੇ ਹੋਰ ਕੁਛ ਨੌਜਵਾਨ ਸ਼ਾਮਲ ਹੋਏ ਨੇ। ਸੋ ਜਿੰਨਾ ਕੁ ਅੱਜ ਪਤਾ ਚੱਲਿਆ, ਸਾਡੇ MC ਸਰਪੰਚ ਜੌਲੀ ਸਾਹਿਬ ਨੇ ਦੱਸਿਆ ਵੀ ਇੱਥੇ ਬਹੁਤ ਚਿਰਾਂ ਤੋਂ ਇਸ ਗਲੀ ਦੀ ਸਮੱਸਿਆ ਸੀ ਅਤੇ ਹੋਰ ਵੀ ਇਹ ਸੰਗਤ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਸੀ। ਇਹ ਪਹਿਲਾਂ ਦੱਸਣ ਦਾ ਕਿ ਵੀ ਪਹਿਲਾਂ ਪਿਛਲੀ ਇਲੈਕਸ਼ਨ ਵਿੱਚ ਇਹਨਾਂ ਨੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਈਆਂ ਅਤੇ ਉਸ ਸਮੇਂ ਜਿਹੜਾ ਇਹਨਾਂ ਨੂੰ ਵਾਅਦਾ ਕੀਤਾ ਗਿਆ ਸੀ ਉਹ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਕੀਤਾ ਗਿਆ ਸੀ ਅਤੇ ਉਹ ਪੂਰਾ ਨਹੀਂ ਹੋਇਆ। ਸੰਗਤ ਦੀ ਪਰੇਸ਼ਾਨੀ ਹੈ ਜਿਹੜੀ ਕਿ ਸਾਹਮਣੇ ਦਿਖਦੀ ਹੈ ਸ਼ਰੇਆਮ, ਅਤੇ ਇਹੀ ਇਹਨਾਂ ਦਾ ਰੋਸ ਹੈ। ਅਤੇ ਮੈਂ ਇੱਥੇ ਆ ਕੇ ਵਿਸ਼ਵਾਸ ਦਵਾਉਂਦਾ ਵੀ ਜੇ 14 ਦੇ ਪੈਸੇ ਸੈਂਕਸ਼ਨ ਹੋਏ ਹੋਏ ਆ ਅਤੇ ਉੱਪਰੋਂ ਸਰਕਾਰ ਦੇ ਰਹੀ ਹੈ ਨਹੀਂ ਦੇ ਰਹੀ ਜਾਂ ਕੋਈ ਵਿਘਨ ਹੈ, ਅਸੀਂ ਇਲੈਕਸ਼ਨ ਦੀ ਮੁਹਿੰਮ ਵਿੰਡੀ ਹੈ ਅਤੇ ਅੱਜ ਇਹ ਪਹਿਲਾਂ ਹੀ ਹੈ ਸੰਗਤ ਵੱਲੋਂ ਜਿਹੜਾ ਹੁੰਗਾਰਾ ਮਿਲਿਆ ਇੱਥੇ ਜਿੱਥੇ ਇਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਚਾਰਨ ਦਾ ਮੈਂ ਸਵਾਗਤ ਕਰਦਾ। ਉੱਥੇ ਮਨ ਵਿੱਚ ਮੈਨੂੰ ਇਸ ਗੱਲ ਦਾ ਰੋਸ ਵੀ ਹੈ ਵੀ ਜੇ ਗਲੀਆਂ ਨਾਲੀਆਂ ਇੰਜ ਰਹੀਆਂ ਇਸ ਹਾਲਾਤ ਰਹੋ, ਗੱਲ ਇਹ ਨਹੀਂ ਹੈ ਕਿ ਸਰਕਾਰ ਦੀ ਵੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੈ, ਕਾਂਗਰਸ ਦੀ ਹੈ, ਕਿਸੇ ਹੋਰ ਪਾਰਟੀ ਦੀ ਹੈ, ਜਿਹੜੀਆਂ ਬੇਸਿਕ ਅਮੈਨਿਟੀਜ਼ ਹੈ, ਸਹੂਲਤਾਂ ਆਮ ਹੈ, ਉਹ ਹਰੇਕ ਇਨਸਾਨ ਨੂੰ ਮੁਹੱਈਆ ਕਰਾਉਣੀਆਂ ਚਾਹੀਦੀਆਂ, ਚਾਹੇ ਉਹ ਸ਼੍ਰੀ ਚਮਕੌਰ ਸਾਹਿਬ ਦੇ ਮੋਰਿੰਡੇ ਦੇ ਹੈ। ਇਹ ਕਿਸੇ ਦਾ ਕੋਈ ਜ਼ਾਤੀ ਹੱਕ ਨਹੀਂ, ਇਹਨਾਂ ਦਾ ਰਾਈਟ ਹੈ। ਜਿਹੜੀਆਂ ਹੈਲਥ, ਐਜੂਕੇਸ਼ਨ ਅਤੇ ਬਾਕੀ ਚੀਜ਼ਾਂ ਤੋਂ ਪੈਣਾ, ਬਾਕੀ ਜੂਝ ਰਹੇ ਹੈ, ਸੈਨੀਟੇਸ਼ਨ, ਗਲੀਆਂ ਟੁੱਟੀਆਂ, ਇਹ ਸਾਰਿਆਂ ਦਾ ਫਰਜ਼ ਬਣਦਾ। ਇਹ ਨਹੀਂ ਹੈਗਾ ਵੀ ਇੱਥੇ 3 ਸਾਲ ਚਾਹੇ ਕਾਂਗਰਸ ਸਰਕਾਰ ਦਾ MLA ਬਣ ਗਿਆ ਅਤੇ ਚਾਹੇ 3 ਸਾਲ ਅਕਾਲੀ ਸਰਕਾਰ ਦਾ ਨਹੀਂ ਬਣ ਸਕਿਆ। ਲੋਕਾਂ ਦੀਆਂ ਜ਼ਰੂਰਤਾਂ ਸਾਰੀਆਂ ਸਿਰੇ ਚੜ੍ਹਨੀਆਂ ਚਾਹੀਦੀਆਂ। ਅੱਜ ਅਸੀਂ ਆਏ ਹਾਂ ਅਤੇ ਮੈਂ ਸਵਾਗਤ ਕਰਦਾ ਹੀ ਰਹੇ ਹੈ ਵੀ ਇਸ ਨੂੰ ਅਸੀਂ ਛੇਤੀ ਤੋਂ ਛੇਤੀ ਨੇਪਰੇ ਚਾੜਨ ਦੀ ਕੋਸ਼ਿਸ਼ ਕਰਾਂਗੇ ਅਤੇ ਮੈਂ ਆਸ ਰੱਖਦਾ ਇਹ ਗਲੀ ਜਲਦ ਤੋਂ ਜਲਦ ਭੈਣਾਂ ਅਤੇ ਬਜ਼ੁਰਗਾਂ ਅਤੇ ਮਾਤਾ ਬਾਬਾ ਜੀ ਦੇ ਸਹਿਯੋਗ ਨਾਲ ਇਸ ਗਲੀ ਨੂੰ ਸਿਰੇ ਲਾਵਾਂਗੇ। ਇਹ ਜਿਹੜਾ ਸਟੇਟ ਬੈਂਕ ਆਫ ਪਟਿਆਲੇ ਪਿੱਛੇ ਗਲੀ ਹੈ ਵਾਰਡ ਨੰਬਰ 14 ਦੀ, ਉਹਦਾ ਪਿਛਲੇ 4 ਸਾਲ ਤੋਂ ਟੈਂਡਰ ਲੱਗਿਆ ਹੋਇਆ, ਜਿਸ ਦਾ ਕਿ ਮੇਰੇ ਕੋਲ ਮੈਂ ਸ਼ਿਕਾਇਤ ਵੀ ਲਿਖੀ ਹੈ, ਜਿਹਦਾ ਕਿ ਵਾਰ ਕਾਟੂ ਨੰਬਰ 10/9 ਪੰਨਾ ਨੰਬਰ 37 21/2014 ਨੂੰ ਟੈਂਡਰ ਲੱਗਿਆ ਸੀ। ਪਰ 4 ਸਾਲ ਤੋਂ ਲਗਾਤਾਰ ਕਦੇ ਅਫਸਰਸ਼ਾਹੀ ਕਦੇ ਕਾਂਗਰਸੀ ਹੈਰਾਨ ਕਰਦੇ ਆ ਰਹੇ ਹੈ, ਇਹ ਗਲੀ ਦਾ ਕੰਮ ਨਹੀਂ ਹੋ ਰਿਹਾ ਜਿੱਥੇ ਇਹ ਨਿਵਾਸੀ ਸਭ ਤੋਂ ਵੱਧ ਔਖੇ ਹੈ ਔਰ ਸਭ ਤੋਂ ਵੱਧ ਆਬਾਦੀ ਹੈ। ਜਦਕਿ ਹੁਣ ਦੀ ਸਰਕਾਰ 'ਚ ਕਈ ਗਲੀਆਂ ਇਹੋ ਜਿਹੀਆਂ ਜਿੱਥੇ ਬਿਲਕੁਲ ਵੀ ਆਬਾਦੀ ਨਹੀਂ, ਉੱਥੇ ਵੀ ਉਹਨਾਂ ਨੇ ਗਲੀਆਂ ਬਣਾਉਣੀਆਂ ਸ਼ੁਰੂ ਕਰਤੀਆਂ, ਜਿਹੜੀ ਕਿ ਜਿੱਥੇ ਜ਼ਰੂਰਤ ਹੈ, ਜਿੱਥੇ ਕਿ ਇੰਨਾ ਬੁਰਾ ਹਾਲ ਹੈ, ਉੱਥੇ ਇਹ ਬਿਲਕੁਲ ਅਨੈਡ ਕਰੀ ਬੈਠੇ, ਕਹਿੰਦੇ ਵੀ ਅਸੀਂ ਨਹੀਂ ਇਹ ਬਣਾਉਣੀ। ਸਾਹਿਬ ਕਈ ਵਾਰ ਭਰੋਸਾ ਦੇ ਲਿਆ, ਘੱਟੋ ਘੱਟ 8 ਵਾਰ ਭਰੋਸਾ ਦੇ ਚੁੱਕਿਆ, ਪੱਕੀਆਂ ਸੜਕਾਂ ਬੇਟਾ ਲੱਗਦੀਆਂ, ਪਰ ਉਹ ਆਪਣੀਆਂ ਗਲੀਆਂ ਜਿੱਥੇ ਆਪਣੀਆਂ ਜਗ੍ਹਾ ਖਰੀਦਿਆ ਉੱਥੇ ਉਹਨੇ ਬਣਾਉਣੀਆਂ ਸ਼ੁਰੂ ਕਰਤੀਆਂ, ਜਿੱਥੇ ਲੋਕਾਂ ਦੀ ਜ਼ਰੂਰਤ ਹੈ ਉਹਨੂੰ ਭੁੱਲ ਗਿਆ। ਉਹਨੇ ਢੋਲਣ ਮਾਜਰਾ ਰੋਡ 'ਤੇ 37 ਵਿਸਵੇ ਜਗ੍ਹਾ ਖਰੀਦੀ, ਕੁਛ ਵੀ ਨਹੀਂ ਹੈ, ਹੁਣੇ ਉੱਥੇ ਗਲੀ ਬਣਾਉਣੀ ਸ਼ੁਰੂ ਕਰਤੀ। ਨੋ, ਕੋਈ ਇਤਰਾਜ਼ ਨਹੀਂ, ਕੋਈ ਕੁਛ ਨਹੀਂ, ਹਾਲੇ ਤਾਂ ਰਜਿਸਟਰੀ ਹੋਈ ਨੂੰ ਹਫ਼ਤਾ ਨਹੀਂ ਹੋਇਆ। ਪਹਿਲਾਂ ਕਾਂਗਰਸ ਨੂੰ ਵੋਟ ਪਾਈ ਹੋਈ ਚੱਡੀ ਸਾਹਿਬ ਨੂੰ, ਪਾਰਟੀ ਕੋਈ ਛੱਡਣ ਦਾ ਕੋਈ, ਸਾਡੇ ਜੋ MC ਆ, ਸਾਡੇ ਜੋ ਵਾਰਡ ਦੇ ਪ੍ਰਧਾਨ ਆ, ਉਹ ਕਾਂਗਰਸ ਨੂੰ ਅਕਾਲੀ ਨੂੰ ਬਿਲੋਂਗ ਕਰਦੇ ਆ, ਇਸ ਕਰਕੇ ਐਂਟੀ ਪਾਰਟੀ ਦੇ ਖਾਰ ਖਾਂਦੇ ਹੋਏ
ਇਹ ਗਲੀ ਨਹੀਂ ਬਣ ਦਿੱਤੀ ਗਈ ਹੈਗੀ, ਇਹਦੇ ਵਿੱਚ ਕੋਈ ਦੋਸ਼ ਨਹੀਂ ਹੈਗਾ। ਘੱਟੋ ਘੱਟ ਅਸੀਂ ਇਹ ਗਲੀ ਤੋਂ 8-10 ਸਾਲ ਤੋਂ ਦੁਖੀ ਆ, ਇਹ ਪਾਰਟੀ ਬਦਲ ਰਹੇ ਹਾਂ ਅਸੀਂ, ਬਕਾਇਦਾ ਅਸੀਂ ਸਾਰੇ ਬੰਦੇ ਜੋ ਵੀ ਖੜੇ ਅਸੀਂ ਕਹਿ ਕੇ ਵੋਟ ਕਾਨੀਆਂ ਨੂੰ ਪਾਉਂਦੇ ਹਾਂ। ਮੋਰਿੰਡਾ ਤੋਂ ਪੰਜਾਬੀ ਸਰਗਰਮੀ ਵਾਲੀ ਮਨਜੀਤ ਸਿੰਘ ਸੋਹੀ ਦੀ ਰਿਪੋਰਟ।